ਆਰਐਸਐਸ ਦੇ ਲੋਕ ਸ਼ਰੇਆਮ ਇਹ ਗੱਲ ਕਹਿਣ ਲੱਗ ਪਏ ਆ ਕਿ 2019 ਤੋਂ ਬਾਅਦ 2022 ਦੀ ਇਲੈਕਸ਼ਨ ਨਹੀਂ ਹੋਵੇਗੀ। 2022 ਦੀ ਇਲੈਕਸ਼ਨ ਕਿਉਂ ਨਹੀਂ ਹੋਵੇਗੀ ਜਾਂ ਕਦੇ ਵੀ ਇਲੈਕਸ਼ਨ ਨਹੀਂ ਹੋਵੇਗੀ, ਉਹਨਾਂ ਦੇ ਕਹਿਣ ਦਾ ਕੋਈ ਮਕਸਦ ਹੈ? ਲੋਕ ਸਭਾ ਦੇ ਵਿੱਚ ਉਹ ਬਹੁਮਤ ਦੇ ਵਿੱਚ ਬੈਠੇ ਆ, ਰਾਜ ਸਭਾ ਦੇ ਵਿੱਚ ਅਜੇ ਬਹੁਮਤ ਹੈ ਨਹੀਂ। ਅਗਰ ਉਹਨਾਂ ਨੇ ਕੋਈ ਕਾਨੂੰਨ ਬਦਲਣਾ, ਸੰਵਿਧਾਨ ਬਦਲਣਾ, ਪਹਿਲਾਂ ਲੋਕ ਸਭਾ ਦੇ ਵਿੱਚੋਂ ਪਾਸ ਕਰ ਦੇਣਾ, ਉਸ ਦੇ ਬਾਅਦ ਉਹ ਰਾਜ ਸਭਾ ਦੇ ਵਿੱਚੋਂ ਪਾਸ ਹੋਣਾ ਚਾਹੀਦਾ। ਅਗਰ ਉਹ ਦੁਬਾਰਾ ਜਿੱਤ ਗਏ ਲੋਕ ਸਭਾ ਦੇ ਵਿੱਚ ਪੂਰਾ 2/3 ਬਹੁਮਤ ਲੈ ਗਏ ਤੇ ਆਉਣ ਵਾਲੀ ਰਾਜ ਸਭਾ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਜਲਦੀ 2/3 ਬਹੁਮਤ ਮਿਲਣ ਵਾਲਾ। ਉਸ ਤੋਂ ਬਾਅਦ 15 ਰਾਜਾਂ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਚੱਲ ਰਹੀਆਂ, ਜੋ 15 ਰਾਜਾਂ ਦੇ ਵਿੱਚ ਹੋਣੀਆਂ ਜ਼ਰੂਰੀ ਹੈ, ਜਿੱਥੇ ਹਰ ਇੱਕ ਰਾਜ 15 ਰਾਜਾਂ ਦੇ ਵਿੱਚ ਜਿਹੜਾ ਬਿੱਲ ਨੂੰ ਜਿਹੜੀ ਆ ਉਹ ਹਾਂ ਦੇ ਵਿੱਚ ਵੋਟਿੰਗ ਹੋ ਜਾਏ। ਔਰ ਉਸ ਤੋਂ ਬਾਅਦ 4th ਰਹਿ ਜਾਂਦਾ ਰਾਸ਼ਟਰਪਤੀ, ਰਾਸ਼ਟਰਪਤੀ ਵੀ ਉਹਨਾਂ ਦਾ ਬੇਸ਼ੱਕ ਉਹ ਇੱਕ ਬਹੁਜਨ ਸਮਾਜ ਦੇ ਵਿੱਚੋਂ ਲਿਆ ਗਿਆ, ਲੇਕਿਨ ਫਿਰ ਵੀ ਉਹ ਉਹਨਾਂ ਦਾ, ਉਹਨਾਂ ਦੀ ਕਠਪੁਤਲੀ, ਜੋ ਕਹਿਣਗੇ ਉਹੀ ਕਰੇਗਾ। ਤੇ ਇਹ ਚਾਰ ਚੀਜ਼ਾਂ ਜਿਹੜੀਆਂ ਉਹਨਾਂ ਦੇ ਵਿੱਚ, ਉਹ ਇੱਕੋ ਹੀ ਚੀਜ਼ ਜਿਹੜੀ ਰਾਜ ਸਭਾ ਦੀ ਇਲੈਕਸ਼ਨ ਜਿਹੜੀ 2/3 ਬਹੁਮਤ ਨਾ ਹੋਣਾ ਸਿਰਫ ਉਹਨਾਂ ਨੂੰ ਰੋਕ ਰਿਹਾ। ਅਗਰ ਉਹ ਦੁਬਾਰਾ ਜਿੱਤ ਗਏ ਤਾਂ ਉਹ ਵੀ ਪੂਰਾ ਹੋ ਜਾਏਗਾ, ਔਰ ਉਸ ਤੋਂ ਬਾਅਦ ਸੰਵਿਧਾਨ ਬਦਲ ਨੂੰ ਕੋਈ ਵੀ ਰੋਕ ਨਹੀਂ ਸਕੇਗਾ। ਅਗਰ ਉਹ ਸੰਵਿਧਾਨ ਬਦਲ ਦਿੰਦੇ ਆ ਤਾਂ ਸੰਵਿਧਾਨ ਦੇ ਵਿੱਚ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਜਾ ਸਕਦਾ। ਉਸ ਤੋਂ ਬਾਅਦ ਉਹ ਇਲੈਕਸ਼ਨ ਕਰਾਉਣ ਜਾਂ ਨਾ ਇਲੈਕਸ਼ਨ ਕਰਾਉਣ, ਇਹ ਉਹਨਾਂ ਦੀ ਮਰਜ਼ੀ। ਤੇ ਜੋ ਸਾਡੇ ਗੁਰੂਆਂ ਦਾ ਜੋ ਮਿਸ਼ਨ ਹੈ, ਜੋ ਸਾਡੇ ਮਹਾਂਪੁਰਸ਼ਾਂ ਦਾ ਮਿਸ਼ਨ ਹੈ, ਉਸ ਦੇ ਵਾਸਤੇ ਅਸੀਂ ਪਿੱਟ ਪਿੱਟ ਕੇ ਮਰ ਜਾਈਏ। ਜਿਹਨਾਂ ਦਾ ਕਬਜ਼ਾ ਦੇਸ਼ 'ਤੇ ਹੋਣਾ, ਉਹ ਸਾਨੂੰ ਕਿਸੇ ਪਾਸੇ ਲਾਗੇ ਨਹੀਂ ਲੱਗਣ ਚਾਹੀਦੇ। ਦੇਸ਼ ਦਾ ਰਾਸ਼ਟਰਪਤੀ, ਦੇਸ਼ ਦਾ ਪ੍ਰਧਾਨ ਮੰਤਰੀ, ਥਲ ਸੈਨਾ ਦਾ ਕਮਾਂਡਰ, ਜਲ ਸੈਨਾ ਦਾ ਕਮਾਂਡਰ, ਹਵਾਈ ਸੈਨਾ ਦਾ ਕਮਾਂਡਰ, ਜਿੰਨੇ IAS ਅਧਿਕਾਰੀ ਜਾਂ ਜਿੰਨੀਆਂ ਵੀ ਵੱਡੀਆਂ ਪੋਸਟਾਂ, ਉਹਨਾਂ ਸਭ 'ਤੇ ਉਹ ਕਾਬਜ਼ ਹੋ ਚੁੱਕੇ ਆ। ਅਤੇ ਸਾਡੇ ਕੋਲ ਇੱਕ ਆਖਰੀ ਮੌਕਾ, ਅਗਰ ਅਸੀਂ ਇਸ ਨੂੰ ਬਚਾ ਜਾਈਏ ਤਾਂ ਜੋ ਸਾਡੇ ਗੁਰੂਆਂ ਨੇ ਮਿਸ਼ਨ ਆਰੰਭਿਆ, ਜਿਸ ਨੂੰ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਲਿਖਿਆ, ਤਾਂ ਅਸੀਂ ਉਸ ਨੂੰ ਬਚਾ ਸਕਾਂਗੇ। ਅਜੇ ਵੀ ਉਹ ਬੇਸ਼ੱਕ ਕਾਨੂੰਨ ਅਜੇ ਨਹੀਂ ਬਦਲ ਸਕੇ, ਲੇਕਿਨ ਉਹਨਾਂ ਦੇ ਜ਼ੁਲਮਾਂ ਦੀ ਕਹਾਣੀ ਉਹ ਤਾਂ ਬੜੀ ਨਿਡਰਤਾ ਦੇ ਨਾਲ ਚੱਲ ਰਹੀ ਆ। ਹੁਣੇ ਮੈਂ ਪਹਿਲਾਂ ਨਹੀਂ ਸੀ ਦੇਖ ਸਕਿਆ, ਸਾਡੇ ਦਰਸ਼ਨ ਭਾਅ ਜੀ ਨੇ ਇੱਕ ਵੀਡੀਓ ਦਿਖਾਈ ਕਿ ਇੱਕ ਨੌਜਵਾਨ ਨੂੰ ਬਾਹਾਂ ਤੋਂ ਫੜ ਕੇ ਉਸ ਦੀ ਜੀਭ ਕੱਟੀ ਜਾ ਰਹੀ ਹੈ, ਉਸ ਤੋਂ ਬਾਅਦ ਉਸਦੀਆਂ ਉਂਗਲਾਂ ਕੱਟੀਆਂ ਤਾਂ ਕਿ ਉਹ ਆਪਣੀ ਜ਼ਬਾਨ ਤੋਂ ਕੋਈ ਇਨਕਲਾਬ ਦੀ ਗੱਲ ਨਾ ਕਰ ਸਕੇ, ਅਤੇ ਆਪਣੀਆਂ ਉਂਗਲਾਂ ਦੇ ਨਾਲ ਕਲਮ ਫੜ ਕੇ ਕੁਛ ਲਿਖ ਨਾ ਸਕੇ, ਇਸ ਕਰਕੇ ਉਸਨੂੰ ਅਪਾਹਜ ਕੀਤਾ ਜਾ ਰਿਹਾ। ਮੈਂ ਉਸਨੂੰ ਵੀਡੀਓ ਨੂੰ ਦੇਖ ਨਹੀਂ ਸਕਿਆ, ਸਿਰਫ ਇੰਨਾ ਹੀ ਦੇਖ ਸਕਿਆ ਕਿ ਉਹਦੀ ਜ਼ਬਾਨ ਫੜੀ ਹੋਈ ਆ, ਉਸ 'ਤੇ ਤਲਵਾਰ ਰੱਖੀ ਹੋਈ ਆ, ਇਸ ਤੋਂ ਅੱਗੇ ਮੈਂ ਉਹ ਨਹੀਂ ਦੇਖ ਸਕਿਆ।
ਤਾਂ ਮੈਂ ਇੱਕ ਗੱਲ ਸਾਰੇ ਸਮਾਜ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਉਹਨਾਂ ਮਹਾਂਪੁਰਸ਼ਾਂ ਦੀ ਜਿਹਨਾਂ ਮਹਾਂਪੁਰਸ਼ਾਂ ਨੇ ਸਾਡੇ ਵਾਸਤੇ ਸੰਘਰਸ਼ ਕੀਤਾ, ਸ਼ਹਾਦਤਾਂ ਦਿੱਤੀਆਂ, ਕੀ ਤੁਸੀਂ ਉਹਨਾਂ ਦੀ ਸੱਚੀ ਔਲਾਦ ਆਪਣੇ ਆਪ ਨੂੰ ਸਮਝਦੇ ਆ? ਜੇ ਮੇਰੀ ਕੋਈ ਗੱਲ ਸੁਣਦੇ ਆ ਤਾਂ ਇੱਕ ਵਾਰੀ ਜਰਾ ਹੱਥ ਖੜੇ ਕਰਕੇ ਦੱਸ ਦਿਓ ਵੀ ਅਸੀਂ ਉਸ ਉਹਨਾਂ ਮਹਾਂਪੁਰਸ਼ਾਂ ਦੀ ਸੱਚੀ ਔਲਾਦ ਆ। ਸਾਰਿਆਂ ਨੇ ਹੱਥ ਖੜੇ ਕੀਤੇ ਆ ਤੇ ਅੱਜ ਪੜ੍ਹ ਲੈ ਲਓ ਕਿ ਆਉਣ ਵਾਲੇ ਸਮੇਂ ਨੂੰ ਅਸੀਂ ਬਦਲ ਕੇ ਰੱਖਣਾ। ਅਸੀਂ ਗੁਰੂ ਰਵਿਦਾਸ ਜੀ ਦੀ ਸੋਚ ਨੂੰ, ਗੁਰੂ ਕਬੀਰ ਜੀ ਦੀ ਸੋਚ ਨੂੰ, ਮਹਾਤਮਾ ਜੋਤੀ ਰਾਓ ਫੂਲੇ ਜੀ ਦੀ ਸੋਚ ਨੂੰ, ਬਾਬਾ ਸਾਹਿਬ ਦੀ ਸੋਚ ਨੂੰ, ਉਹਨਾਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਔਰ ਅਸੀਂ ਇਸ ਕਾਫਲੇ ਨੂੰ ਮੰਜ਼ਲੇ ਮਕਸੂਦ ਤੱਕ ਪਹੁੰਚਾਉਣਾ ਔਰ ਕਿਸੇ ਵੀ ਮਨੁਵਾਦੀ ਨੂੰ ਦੇਸ਼ ਦੇ ਉੱਤੇ ਕਾਬਜ਼ ਨਹੀਂ ਹੋਣ ਦੇਣਾ। ਅੱਜ ਅਸੀਂ ਇਹਨਾਂ ਕਸਮਾਂ ਨੂੰ ਖਾ ਕੇ ਜਾਣਾ ਕਿਉਂਕਿ ਨਹੀਂ ਤਾਂ ਆਉਣ ਵਾਲਾ ਸਮਾਂ ਸਾਡੇ ਵਾਸਤੇ ਬਹੁਤ ਹੀ ਜ਼ੁਲਮ ਭਰਿਆ ਹੋਣ ਵਾਲਾ। ਮਨੁਵਾਦੀ ਦੀਆਂ ਚਾਲਾਂ ਜਿਨ੍ਹਾਂ ਨੂੰ